ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਜਸਵੀਰ ਸਿੰਘ, ਮੈਨੇਜਿੰਗ ਡਾਇਰੈਕਟਰ ਆਫ ਇੰਗਲਿਸ਼ ਟ੍ਰੇਨ ਇੰਸਟੀਟਿਊਟ ਆਫ ਆਲਸ ਐਂਡ ਇਮੀਗ੍ਰੇਸ਼ਨ ਸਰਵਿਸਿਸ। ਦੋਸਤੋ, ਜਿਵੇਂ ਜਿਵੇਂ ਟਾਈਮ ਬੀਤਦਾ ਹੈਗਾ ਵੈ, ਸਪਟੰਬਰ ਇਨਟੇਕ ਬਿਲਕੁਲ ਨੇੜੇ ਆ ਰਿਹਾ ਹੈਗਾ ਵੈ। ਐਜ਼ ਇਟ ਇਜ਼ ਬੱਚਿਆਂ ਦੇ ਵੀਜ਼ਾ ਸਾਨੂੰ ਰਿਸੀਵ ਹੋ ਰਹੇ ਹੈਗੇ ਆ, ਅਤੇ ਬੱਚੇ ਜਿਹੜੇ ਹੈਗੇ ਆ ਉਹ ਇਨਟੇਕ ਲਈ ਜਾ ਰਹੇ ਹੈਗੇ ਆ। ਨਾਲ ਨਾਲ ਸਭ ਦੀ ਅਸੀਂ ਵੀਡੀਓਜ਼ ਕ੍ਰੀਏਟ ਕਰ ਰਹੇ ਹੈਗੇ ਹਾਂ ਤਾਂ ਕਿ ਯਾਨੀ ਕਿ ਉਹਨਾਂ ਸਾਰੇ ਬੱਚਿਆਂ ਤੱਕ ਅਸੀਂ ਇਨਫੋਰਮੇਸ਼ਨ ਪ੍ਰੋਵਾਈਡ ਕਰ ਸਕੀਏ, ਯਾਨੀ ਕਿ ਜਿਹੜੇ ਬੱਚੇ ਇਸ ਵਕਤ ਘਰਾਂ ਦੇ ਵਿੱਚ ਨਿਰਾਸ਼ ਬੈਠੇ ਹੋਏ ਆ ਅਤੇ ਉਹਨਾਂ ਨੂੰ ਉਹਨਾਂ ਦੇ ਵੀਜ਼ਾ ਜਿਹੜੇ ਹੈਗੇ ਆ ਰਿਸੀਵ ਨਹੀਂ ਹੋ ਰਹੇ ਹੈਗੇ। ਕਾਫੀ ਬੱਚਿਆਂ ਨੂੰ ਤਾਂ ਆਫਰ ਲੈਟਰ ਰਿਸੀਵ ਨਹੀਂ ਹੋਈਆਂ ਗਿਆ, ਅਤੇ ਕਾਫੀ ਬੱਚੇ ਜਿਹੜੇ ਹੈਗੇ ਆ ਜਿਹੜੇ ਆਫਰ ਲੈਟਰ ਰਿਸੀਵ ਨਹੀਂ ਹੋਈਆਂ ਕਿ ਅਤੇ ਆਫਟਰ ਦੈਟ ਵੀਜ਼ਾ ਵੀ ਜਿਹੜੇ ਹੈਗੇ ਉਹ ਵੀ ਡਿਲੇ ਹੋ ਜਾਂਦੇ ਹੈ, ਕਿਉਂਕਿ ਜਦੋਂ ਆਫਰ ਲੈਟਰ ਨਹੀਂ ਆਏਗੀ ਤਾਂ ਵੀਜ਼ਾ ਦੀ ਫਾਈਲ ਐਪਲੀਕੇਸ਼ਨ ਜਾਣੀ ਹੀ ਨਹੀਂ। ਬਟ ਅਸੀਂ ਸ਼ੁਕਰਗੁਜ਼ਾਰ ਹੈਗੇ ਉਸ ਪਰਮਾਤਮਾ ਦੇ ਜਿਨ੍ਹਾਂ ਨੇ ਸਾਨੂੰ ਇੰਨੀ ਕਿਸਮਤ ਬਖਸ਼ੀ ਹੋਈ ਹੈਗੀ ਹੈ, ਬਲ ਬਖਸ਼ਿਆ ਹੋਇਆ ਵਾ, ਅਤੇ ਮੇਰਾ ਸਟਾਫ ਵੀ ਡੈਡੀਕੇਟਲੀ ਕੰਮ ਕਰ ਰਿਹਾ ਹੈਗਾ ਵਾ। ਬੱਚਿਆਂ ਨੂੰ ਅਸੀਂ ਸਾਰਾ ਕੁਛ ਟਾਈਮ ਟੂ ਟਾਈਮ ਪ੍ਰੋਵਾਈਡ ਕਰਵਾ ਰਹੇ ਹੈਗੇ ਆ, ਉਹਨਾਂ ਨੂੰ ਆਫਰਸ ਵੀ ਮਿਲ ਰਹੀਆਂ ਹੈਗੀਆਂ ਵਾ, ਉਹਨਾਂ ਦੇ ਵੀਜ਼ਾਸ ਵੀ ਜਿਹੜੇ ਹੈਗੇ ਆ ਟਾਈਮ 'ਤੇ ਰਿਸੀਵ ਹੋ ਚੁੱਕੇ ਹੈਗੇ ਆ। ਅੱਜ ਮੋਰਨਿੰਗ ਦੇ ਵਿੱਚ ਵੀ ਸਾਨੂੰ ਕਾਫੀ ਜ਼ਿਆਦਾ ਵੀਜ਼ਾਸ ਜਿਹੜੇ ਹੈਗੇ ਆ ਰਿਸੀਵ ਹੋ ਚੁੱਕੇ ਹੈਗੇ ਆ, ਉਹਨਾਂ ਦੇ ਵੀਡੀਓਜ਼ ਤੁਸੀਂ ਜਲਦ ਹੀ ਅਪਲੋਡ ਕਰਾਂਗੇ। ਸੋ ਅੱਜ ਮੇਰੇ ਨਾਲ ਬੈਠੇ ਹੋਏ ਹੈਗੇ ਆ ਪਰਮਿੰਦਰ ਕੌਰ ਗਿੱਲ, ਜੋ ਕਿ ਜੀਰਾ ਨੂੰ ਬਿਲੋਂਗ ਕਰਦੇ ਹੈਗੇ ਆ, ਅਤੇ ਇਹਨਾਂ ਦਾ ਕੇਸ ਕੋਈ ਕੰਸਲਟੈਂਟਸ ਨਹੀਂ ਲੈ ਰਿਹਾ ਸੀਗਾ, ਕਿਉਂਕਿ ਇਹਨਾਂ ਦੇ ਬਿਜ਼ਨਸ ਸਟੱਡੀ ਦੇ ਵਿੱਚੋਂ ਓਨਲੀ 33 ਨੰਬਰ ਸੀਗੇ। ਤੁਹਾਨੂੰ ਵੀ ਪਤਾ ਹੈ ਕਿ ਇੰਗਲਿਸ਼ ਟ੍ਰੀ ਸਪੈਸ਼ਲੀ ਯਾਨੀ ਕਿ ਉਹਨਾਂ ਬਹੁਤ ਸਾਰੇ ਬੱਚਿਆਂ ਦੇ ਸੁਪਨੇ ਸਾਕਾਰ ਕਰ ਚੁੱਕਾ ਹੈਗਾ ਵਾ, ਜਿਹਨਾਂ ਦੇ ਸਕੋਰਿੰਗ ਜਿਹੜੀ ਹੈਗੀ ਉਹ ਘੱਟ ਹੁੰਦੀ ਹੈ। ਜਦੋਂ ਤੁਹਾਡੇ 50% ਤੋਂ ਬਿਲੋ ਹੁੰਦੇ ਹੈਗੇ, ਕੋਈ ਵੀ ਕੰਸਲਟੈਂਟ ਜਿਹੜਾ ਹੈਗਾ ਤੁਹਾਡਾ ਕੇਸ ਪੜ੍ਹਨ ਲਈ ਰੈਡੀ ਨਹੀਂ ਹੁੰਦਾ ਹੈਗਾ, ਅਤੇ ਅਸੀਂ ਉਹਨਾਂ ਸਭ ਬੱਚਿਆਂ ਦੇ ਸੁਪਨੇ ਸਾਕਾਰ ਕਰਦੇ ਹੈਗੇ ਹਾਂ ਯਾਨੀ ਕਿ ਜਿਹਨਾਂ ਦੇ ਸਕੋਰਿੰਗ ਜਿਹੜੀ ਹੁੰਦੀ ਹੈ ਘੱਟ ਹੁੰਦੀ ਹੈ। ਸੋ ਪਰਮਿੰਦਰ ਕੌਰ ਗਿੱਲ, ਜਿਹਨਾਂ ਨੂੰ ਉਹਨਾਂ ਦਾ ਵੀਜ਼ਾ ਰਿਸੀਵ ਹੋ ਚੁੱਕਾ ਹੈਗਾ ਵਾ, ਅੱਜ ਤੁਹਾਡੇ ਬਿਲਕੁਲ ਸਾਹਮਣੇ ਬੈਠੇ ਹੋਏ ਹੈਗੇ ਆ, ਉਹ ਦੱਸਣਗੇ ਕਿ ਉਹਨਾਂ ਦਾ ਐਕਸਪੀਰੀਅੰਸ ਸਾਡੀ ਕੰਪਨੀ ਦੇ ਨਾਲ ਕਿਹਾ ਜਾ ਰਿਹਾ। ਹੈਲੋ ਫਰੈਂਡਸ, ਮੇਰਾ ਨਾਮ ਪਰਮਿੰਦਰ ਕੌਰ ਗਿੱਲ ਹੈ ਅਤੇ ਮੈਂ ਜੀਰਾ ਸ਼ਹਿਰ ਤੋਂ ਬਿਲੋਂਗ ਕਰਦੀ ਹਾਂ। ਅਤੇ ਜਿਵੇਂ ਕਿ ਮੇਰੇ ਜਿਵੇਂ ਕਿ ਸਰ ਨੇ ਦੱਸਿਆ ਕਿ ਮੇਰੇ ਬਿਜ਼ਨਸ ਸਟੱਡੀ ਦੇ ਵਿੱਚੋਂ 33 ਮਾਰਕਸ ਸੀਗੇ, ਅਤੇ ਮੇਰਾ ਕੋਈ ਵੀ ਕੰਸਲਟੈਂਟ ਵੀਜ਼ਾ ਮਤਲਬ ਐਕਸੈਪਟ ਨਹੀਂ ਕਰ ਰਿਹਾ ਸੀਗਾ। ਉਹ ਕਹਿੰਦੇ ਸੀਗੇ ਵੀ ਮਤਲਬ ਕਿ ਤੁਹਾਡਾ ਵੀਜ਼ਾ ਅਪਲਾਈ ਨਹੀਂ ਹੋ ਸਕਦਾ ਕੈਨੇਡਾ ਵਾਸਤੇ। ਅਤੇ ਮੇਰੇ ਫਰੈਂਡਸ ਸੀਗੇ ਕੁਝ, ਉਹਨਾਂ ਨੇ ਮੈਨੂੰ ਰੈਕਮੈਂਡ ਕੀਤਾ ਵੀ ਤੁਸੀਂ ਇੰਗਲਿਸ਼ ਟ੍ਰੀ ਵਾਲਿਆਂ ਕੋਲ ਜਾਓ, ਅਤੇ ਮੈਂ ਇਹਨਾਂ ਸਰ ਨਾਲ ਮੈਂ ਗੱਲਬਾਤ ਕੀਤੀ ਆ ਕਿ ਅਤੇ ਸਰ ਨੇ ਮੇਰਾ ਵੀ ਐਕਸੈਪਟ ਕੀਤਾ, ਮੇਰੀ ਫਾਈਲ ਐਕਸੈਪਟ ਕੀਤੀ, ਅਤੇ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ 15 ਦਿਨਾਂ ਦੇ ਵਿੱਚ ਆਫਰ ਲੈਟਰ ਮੰਗਵਾ ਕੇ ਦਿੱਤੀ। ਅਤੇ ਅੱਜ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਕਿ ਮੈਨੂੰ ਅੱਜ ਕੈਨੇਡਾ ਦਾ ਵੀਜ਼ਾ ਮਿਲ ਗਿਆ ਹੈ, ਅਤੇ ਮੈਂ ਹੁਣ ਕੈਨੇਡਾ ਜਾ ਰਹੀ ਹਾਂ। ਅਤੇ ਮੈਂ ਤੁਹਾਨੂੰ ਵੀ ਇਹੋ ਹੀ ਰੈਕਮੈਂਡ ਕਰਾਂਗੀ ਕਿ ਤੁਸੀਂ ਵੀ ਇੰਗਲਿਸ਼ ਸਟ੍ਰੀਮਸ ਇੱਥੇ ਆਓ ਅਤੇ ਆਪਣਾ ਵੀਜ਼ਾ ਲਗਵਾਓ। ਅਤੇ ਮੈਂ ਸਰ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਅਤੇ ਮੈਂ ਇਹਨਾਂ ਨੂੰ ਫਿਰ ਇੱਕ ਵਾਰੀ ਥੈਂਕ ਯੂ ਕਹਿੰਦੀ ਹਾਂ। ਅਤੇ ਆਹ ਮੇਰਾ ਕੈਨੇਡਾ ਦਾ ਵੀਜ਼ਾ ਜੋ ਕਿ ਮੈਨੂੰ ਮਿਲ ਚੁੱਕਾ ਹੈ, ਤੁਸੀਂ ਸਾਰੇ ਵੇਖ ਸਕਦੇ ਹੋ। ਸੋ ਦੋਸਤੋ, ਤੁਸੀਂ ਵੀ ਦੇਖ ਰਹੇ ਹੋਵੋਗੇ ਕਿ ਯਾਨੀ ਕਿ ਜਦੋਂ ਕਿਸੇ ਬੱਚੇ ਨੂੰ ਕੈਨੇਡਾ ਦਾ ਵੀਜ਼ਾ ਮਿਲ ਜਾਂਦਾ ਹੈਗਾ, ਜਿਹੜੀ ਐਕਸਾਈਟਮੈਂਟ ਹੁੰਦੀ ਹੈਗੀ ਹੈ ਪੇਰੈਂਟਸ ਨੂੰ ਲੈ ਕੇ, ਬੱਚਿਆਂ ਨੂੰ ਲੈ ਕੇ, ਯਾਨੀ ਕਿ ਸਭ ਤੋਂ ਜ਼ਿਆਦਾ ਹੁੰਦੀ ਹੈ। ਕਿਉਂਕਿ ਕੈਨੇਡਾ ਦਾ ਸੁਪਨਾ ਜਿਹੜਾ ਸੀਗਾ, ਅੱਜ ਤੋਂ ਅਗਰ 5 ਜਾਂ 6 ਸਾਲ ਪਹਿਲਾਂ ਦੀ ਗੱਲਬਾਤ ਕਰਾਂ, ਤਾਂ ਯਾਨੀ ਕਿ ਜਿਹੜੇ ਜਵਾਨ ਜਾਂ ਬਜ਼ੁਰਗ ਹੁੰਦੇ ਸੀਗੇ, ਉਹ ਵੀ ਸੋਚਦੇ ਹੁੰਦੇ ਸੀਗੇ ਕਿ ਪਤਾ ਨਹੀਂ ਸਾਨੂੰ ਕੈਨੇਡਾ ਦਾ ਵੀਜ਼ਾ ਮਿਲੂਗਾ ਜਾਂ ਨਹੀਂ ਮਿਲੂਗਾ। ਬਟ ਅੱਜ ਇਕੱਲਾ ਇਕੱਲਾ ਬੱਚਾ ਯਾਨੀ ਕਿ ਕੈਨੇਡਾ ਜਾ ਰਿਹਾ ਹੈਗਾ ਵਾ। ਪਰਮਾਤਮਾ ਦੇ ਸ਼ੁਕਰਗੁਜ਼ਾਰ ਹੈਗੇ ਆ ਕਿ ਬੱਚੇ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਜਿਹੜੀ ਹੈਗੀ ਆ ਉਸ ਧਰਤੀ 'ਤੇ ਜਾ ਕੇ ਕਰ ਰਹੇ ਆ, ਕਿਉਂਕਿ ਸ਼ਾਇਦ ਪੰਜਾਬ ਦੇ ਵਿੱਚ ਯਾਨੀ ਕਿ ਬੱਚਿਆਂ ਦਾ ਉਹ ਫਿਊਚਰ ਨਹੀਂ ਰਿਹਾ ਹੈਗਾ ਕਿ ਜਿਹੜਾ ਫਿਊਚਰ ਯਾਨੀ ਕਿ ਬੱਚੇ ਇੱਕ ਆਸ ਲੈ ਕੇ ਕੈਨੇਡਾ ਦੀ ਧਰਤੀ 'ਤੇ ਜਾ ਰਹੇ ਆ, ਕਿਉਂਕਿ ਹਰ ਬੱਚਾ ਚਾਹੁੰਦਾ ਹੈਗਾ ਵਾ ਕਿ ਉਹ ਆਪਣੇ ਪੈਰਾਂ 'ਤੇ ਸਟੈਂਡ ਹੋ ਸਕੇ। ਕੰਟਰੀਜ਼ ਬਹੁਤ ਐਡਵਾਂਸ ਹੈਗੀਆਂ ਵਾ, ਅਤੇ ਅਸੀਂ ਇਹਨਾਂ ਦੇ ਪਰਿਵਾਰ ਨੂੰ ਬਹੁਤ ਵਧਾਈ ਦਿੰਦੇ ਹੈਗੇ ਹਾਂ, ਅਤੇ ਇਹਨਾਂ ਬੱਚਿਆਂ ਨੂੰ ਵੀ ਬਹੁਤ ਵਧਾਈ ਦਿੰਦੇ ਹੈਗੇ ਹਾਂ, ਅਤੇ ਬੱਚਿਆਂ ਦੇ ਲਈ ਸ਼ੁਭਕਾਮਨਾਵਾਂ ਦਿੰਦੇ ਹੈਗੇ ਹਾਂ ਤਾਂ ਕਿ ਉਹ ਆਪਣੀ ਜ਼ਿੰਦਗੀ ਦੀ ਇੱਕ ਨਵੀਂ ਸ਼ੁਰੂਆਤ ਕਰਨ ਜਾ ਰਹੇ ਆ, ਉੱਥੇ ਜਾ ਕੇ ਸਕਸੈਸ ਹੋਣ ਅਤੇ ਆਪਦਾ ਅਤੇ ਆਪਦੇ ਮਾਂ ਪਿਓ ਦਾ ਨਾਂ ਰੋਸ਼ਨ ਕਰਨ। ਸੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ, ਬੈੱਲ ਆਈਕਨ ਦਾ ਬਟਨ ਜ਼ਰੂਰ ਦਬਾਇਓ। ਸੋ ਮੈਂ ਸਾਰੇ ਸਟੂਡੈਂਟਸ ਨੂੰ ਇਹੀ ਕਹੂੰਗਾ ਕਿ ਯਾਨੀ ਕਿ ਸਾਡੀਆਂ ਇੰਗਲਿਸ਼ ਟ੍ਰੀ ਜਿਹੜਾ ਹੈਗਾ ਵਾ, ਅਸੀਂ ਸਾਰੀਆਂ ਫੀਸਸ ਜਿਹੜੀਆਂ ਹੈਗੀਆਂ ਵਾ ਆਫਟਰ ਵੀਜ਼ਾ ਲੈ ਰਹੇ ਹੈਗੇ ਹਾਂ, ਤਾਂ ਕਿ ਬੱਚਿਆਂ ਨੂੰ ਉਹਨਾਂ ਦੇ ਵੀਜ਼ਾਸ ਅਤੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ। ਇੰਗਲਿਸ਼ ਟ੍ਰੀ ਨੂੰ ਜੁਆਇਨ ਕਰੋ, ਆਪਦੇ ਕੈਨੇਡਾ ਜਾਂਦੇ ਸੁਪਨਿਆਂ ਨੂੰ ਸਾਕਾਰ ਕਰੋ। ਧੰਨਵਾਦ।